ਮੈਂ ਅਸੀਂ ਵਾਰਨਿੰਗ ਕੀਤੀ ਆ, ਅਸੀਂ ਵਾਰਨਿੰਗ ਆਲਮੋਸਟ 60% ਫਿਲਮ 50-60% ਫਿਲਮ ਅਸੀਂ ਫੋਨਾਂ 'ਤੇ ਸ਼ੂਟ ਕਰਕੇ ਪੂਰੀ ਐਡਿਟ ਹੋਈ ਉਹ ਸਾਰੇ ਦੇ ਸਾਰੇ ਸੀ, ਸਾਰੇ ਟੀਮ ਯਾਰ ਇੱਕ ਫੋਨਾਂ ਦੇ ਉੱਤੇ ਪ੍ਰੋਪਰ। ਤੁਸੀਂ ਗੱਲ ਡਿਸਕਲੋਜ਼ ਤਾਂ ਨਹੀਂ ਕੀਤੀ ਕਦੇ? ਕਦੇ ਨਹੀਂ। ਐਕਸ਼ਨ ਸੀਕੁਐਂਸ ਤਾਂ ਸਾਰਾ, ਐਕਸ਼ਨ ਸੀਕੁਐਂਸ ਸਾਰਾ ਉਹ ਹੁਣ ਵੀ ਸਾਡੇ ਫੋਨਾਂ 'ਚ ਪਿਆ ਹੋਣਾ, ਸ਼ਾਇਦ ਬਲਜੀਤ ਭਾਈ ਦੇ ਫੋਨ 'ਚ ਹੋਊ ਜਾਂ ਅਮਰ ਦੇ ਫੋਨ 'ਚ ਹੋਊਗਾ, ਮੇਰੇ ਫੋਨ 'ਚ ਵੀ ਹੋ ਸਕਦਾ। ਉਹ ਪੂਰੇ ਦੇ ਪੂਰੇ ਸੀਕੁਐਂਸ ਔਰ ਪ੍ਰੋਪਰ ਜਿਹੜੇ ਸੈਟੇਲਾਈਟ ਸੀ, ਜਿਵੇਂ ਕੰਧ ਟੁੱਟਣੀਆਂ ਤਾਂ ਪ੍ਰੋਪਰ ਕੰਧਾਂ ਤੋੜੀਆਂ ਸੀ ਪਹਿਲਾਂ, ਕਿਉਂਕਿ ਰੀਜ਼ਨ ਕੀ ਸੀ, ਅਸੀਂ ਕਿਹਾ ਫੋਨਾਂ ਦੇ ਉੱਤੇ ਉਹ ਸਾਰੀ ਟੀਮ ਸਾਡੀ ਸੀਗੀ, ਉਹਨਾਂ ਨੇ ਸਾਰਾ ਕੁਝ ਐਗਜ਼ੀਕਿਊਟ ਕੀਤਾ, ਸਾਰਾ ਅਸੀਂ ਦੇਖਦੇ ਸੀ। ਉਹਦੇ ਨਾਲ ਇੰਨੀ ਤਿਆਰੀ ਹੋ ਜਾਂਦੀ, ਸਾਨੂੰ ਐਂ ਲੱਗਦਾ ਵੀ ਜਦੋਂ ਅਸੀਂ ਇੰਨਾ ਤਾਮਝਾਮ ਲੈ ਕੇ ਸੈੱਟ 'ਤੇ ਜਾਈਏ ਤਾਂ ਉਹ ਫਟਾਫਟ ਹੋ ਜਾਵੇ ਕਿ ਟਾਈਮ ਵੇਸਟ ਨਾ ਹੋਵੇ, ਕਿਉਂਕਿ 250 ਬੰਦਾ ਖੜਾ, ਕੈਮਰੇ 4-4 ਕੈਮਰੇ ਨੇ, ਸਾਰਾ ਕੁਝ, ਇੰਨਾ ਖਰਚਾ ਵਾ ਵੀ ਉਹ ਉਦੋਂ ਘੱਟ ਲੱਗੇ ਕਿਉਂਕਿ ਫੋਨ ਦੇ ਉੱਤੇ ਕਿਹੜਾ ਉਹ ਖਰਚਾ ਸੀ, ਸੈੱਟ ਲਾਉਂਦੇ ਲਾਉਂਦੇ ਸ਼ੂਟ ਕਰ ਲੈਂਦੇ, ਨਾਲ ਹੀ ਤੋੜਦੇ ਸੀ, ਨਾਲ ਹੀ ਕਰ ਲੈਂਦੇ। ਅਸੀਂ ਵਾਰਨਿੰਗ ਕੀਤੀ ਆ, ਅਸੀਂ ਵਾਰਨਿੰਗ ਆਲਮੋਸਟ 60% ਫਿਲਮ 50-60% ਫਿਲਮ ਅਸੀਂ ਫੋਨਾਂ 'ਤੇ ਸ਼ੂਟ ਕਰਕੇ ਪੂਰੀ ਐਡਿਟ ਹੋਈ ਉਹ ਸਾਰੇ ਦੇ ਸਾਰੇ ਸੀ, ਸਾਰੇ ਟੀਮ ਯਾਰ ਇੱਕ ਫੋਨਾਂ ਦੇ ਉੱਤੇ ਪ੍ਰੋਪਰ। ਤੁਸੀਂ ਗੱਲ ਡਿਸਕਲੋਜ਼ ਤਾਂ ਨਹੀਂ ਕੀਤੀ ਕਦੇ? ਕਦੇ ਨਹੀਂ। ਐਕਸ਼ਨ ਸੀਕੁਐਂਸ ਤਾਂ ਸਾਰਾ, ਐਕਸ਼ਨ ਸੀਕੁਐਂਸ ਸਾਰਾ ਉਹ ਹੁਣ ਵੀ ਸਾਡੇ ਫੋਨਾਂ 'ਚ ਪਿਆ ਹੋਣਾ, ਸ਼ਾਇਦ ਬਲਜੀਤ ਭਾਈ ਦੇ ਫੋਨ 'ਚ ਹੋਊ ਜਾਂ ਅਮਰ ਦੇ ਫੋਨ 'ਚ ਹੋਊਗਾ, ਮੇਰੇ ਫੋਨ 'ਚ ਵੀ ਹੋ ਸਕਦਾ। ਉਹ ਪੂਰੇ ਦੇ ਪੂਰੇ ਸੀਕੁਐਂਸ ਔਰ ਪ੍ਰੋਪਰ ਜਿਹੜੇ ਸੈਟੇਲਾਈਟ ਸੀ, ਜਿਵੇਂ ਕੰਧ ਟੁੱਟਣੀਆਂ ਤਾਂ ਪ੍ਰੋਪਰ ਕੰਧਾਂ ਤੋੜੀਆਂ ਸੀ ਪਹਿਲਾਂ, ਕਿਉਂਕਿ ਰੀਜ਼ਨ ਕੀ ਸੀ, ਅਸੀਂ ਕਿਹਾ ਫੋਨਾਂ ਦੇ ਉੱਤੇ ਉਹ ਸਾਰੀ ਟੀਮ ਸਾਡੀ ਸੀਗੀ, ਉਹਨਾਂ ਨੇ ਸਾਰਾ ਕੁਝ ਐਗਜ਼ੀਕਿਊਟ ਕੀਤਾ, ਸਾਰਾ ਅਸੀਂ ਦੇਖਦੇ ਸੀ। ਉਹਦੇ ਨਾਲ ਇੰਨੀ ਤਿਆਰੀ ਹੋ ਜਾਂਦੀ, ਸਾਨੂੰ ਐਂ ਲੱਗਦਾ ਵੀ ਜਦੋਂ ਅਸੀਂ ਇੰਨਾ ਤਾਮਝਾਮ ਲੈ ਕੇ ਸੈੱਟ 'ਤੇ ਜਾਈਏ ਤਾਂ ਉਹ ਫਟਾਫਟ ਹੋ ਜਾਵੇ ਕਿ ਟਾਈਮ ਵੇਸਟ ਨਾ ਹੋਵੇ, ਕਿਉਂਕਿ 250 ਬੰਦਾ ਖੜਾ, ਕੈਮਰੇ 4-4 ਕੈਮਰੇ ਨੇ, ਸਾਰਾ ਕੁਝ, ਇੰਨਾ ਖਰਚਾ ਵਾ ਵੀ ਉਹ ਉਦੋਂ ਘੱਟ ਲੱਗੇ ਕਿਉਂਕਿ ਫੋਨ ਦੇ ਉੱਤੇ ਕਿਹੜਾ ਉਹ ਖਰਚਾ ਸੀ, ਸੈੱਟ ਲਾਉਂਦੇ ਲਾਉਂਦੇ ਸ਼ੂਟ ਕਰ ਲੈਂਦੇ, ਨਾਲ ਹੀ ਤੋੜਦੇ ਸੀ, ਨਾਲ ਹੀ ਕਰ ਲੈਂਦੇ। ਮੈਂ ਅਸੀਂ ਵਾਰਨਿੰਗ ਕੀਤੀ ਆ, ਅਸੀਂ ਵਾਰਨਿੰਗ ਆਲਮੋਸਟ 60% ਫਿਲਮ 50-60% ਫਿਲਮ ਅਸੀਂ ਫੋਨਾਂ 'ਤੇ ਸ਼ੂਟ ਕਰਕੇ ਪੂਰੀ ਐਡਿਟ ਹੋਈ ਉਹ ਸਾਰੇ ਦੇ ਸਾਰੇ ਸੀ, ਸਾਰੇ ਟੀਮ ਯਾਰ ਇੱਕ ਫੋਨਾਂ ਦੇ ਉੱਤੇ ਪ੍ਰੋਪਰ। ਤੁਸੀਂ ਗੱਲ ਡਿਸਕਲੋਜ਼ ਤਾਂ ਨਹੀਂ ਕੀਤੀ ਕਦੇ? ਕਦੇ ਨਹੀਂ। ਐਕਸ਼ਨ ਸੀਕੁਐਂਸ ਤਾਂ ਸਾਰਾ, ਐਕਸ਼ਨ ਸੀਕੁਐਂਸ ਸਾਰਾ ਉਹ ਹੁਣ ਵੀ ਸਾਡੇ ਫੋਨਾਂ 'ਚ ਪਿਆ ਹੋਣਾ, ਸ਼ਾਇਦ ਬਲਜੀਤ ਭਾਈ ਦੇ ਫੋਨ 'ਚ ਹੋਊ ਜਾਂ ਅਮਰ ਦੇ ਫੋਨ 'ਚ ਹੋਊਗਾ, ਮੇਰੇ ਫੋਨ 'ਚ ਵੀ ਹੋ ਸਕਦਾ। ਉਹ ਪੂਰੇ ਦੇ ਪੂਰੇ ਸੀਕੁਐਂਸ ਔਰ ਪ੍ਰੋਪਰ ਜਿਹੜੇ ਸੈਟੇਲਾਈਟ ਸੀ, ਜਿਵੇਂ ਕੰਧ ਟੁੱਟਣੀਆਂ ਤਾਂ ਪ੍ਰੋਪਰ ਕੰਧਾਂ ਤੋੜੀਆਂ ਸੀ ਪਹਿਲਾਂ, ਕਿਉਂਕਿ ਰੀਜ਼ਨ ਕੀ ਸੀ, ਅਸੀਂ ਕਿਹਾ ਫੋਨਾਂ ਦੇ ਉੱਤੇ ਉਹ ਸਾਰੀ ਟੀਮ ਸਾਡੀ ਸੀਗੀ, ਉਹਨਾਂ ਨੇ ਸਾਰਾ ਕੁਝ ਐਗਜ਼ੀਕਿਊਟ ਕੀਤਾ, ਸਾਰਾ ਅਸੀਂ ਦੇਖਦੇ ਸੀ। ਉਹਦੇ ਨਾਲ ਇੰਨੀ ਤਿਆਰੀ ਹੋ ਜਾਂਦੀ, ਸਾਨੂੰ ਐਂ ਲੱਗਦਾ ਵੀ ਜਦੋਂ ਅਸੀਂ ਇੰਨਾ ਤਾਮਝਾਮ ਲੈ ਕੇ ਸੈੱਟ 'ਤੇ ਜਾਈਏ ਤਾਂ ਉਹ ਫਟਾਫਟ ਹੋ ਜਾਵੇ ਕਿ ਟਾਈਮ ਵੇਸਟ ਨਾ ਹੋਵੇ, ਕਿਉਂਕਿ 250 ਬੰਦਾ ਖੜਾ, ਕੈਮਰੇ 4-4 ਕੈਮਰੇ ਨੇ, ਸਾਰਾ ਕੁਝ, ਇੰਨਾ ਖਰਚਾ ਵਾ ਵੀ ਉਹ ਉਦੋਂ ਘੱਟ ਲੱਗੇ ਕਿਉਂਕਿ ਫੋਨ ਦੇ ਉੱਤੇ ਕਿਹੜਾ ਉਹ ਖਰਚਾ ਸੀ, ਸੈੱਟ ਲਾਉਂਦੇ ਲਾਉਂਦੇ ਸ਼ੂਟ ਕਰ ਲੈਂਦੇ, ਨਾਲ ਹੀ ਤੋੜਦੇ ਸੀ, ਨਾਲ ਹੀ ਕਰ ਲੈਂਦੇ। ਮੈਂ ਅਸੀਂ ਵਾਰਨਿੰਗ ਕੀਤੀ ਆ, ਅਸੀਂ ਵਾਰਨਿੰਗ ਆਲਮੋਸਟ 60% ਫਿਲਮ 50-60% ਫਿਲਮ ਅਸੀਂ ਫੋਨਾਂ 'ਤੇ ਸ਼ੂਟ ਕਰਕੇ ਪੂਰੀ ਐਡਿਟ ਹੋਈ ਉਹ ਸਾਰੇ ਦੇ ਸਾਰੇ ਸੀ, ਸਾਰੇ ਟੀਮ ਯਾਰ ਇੱਕ ਫੋਨਾਂ ਦੇ ਉੱਤੇ ਪ੍ਰੋਪਰ। ਤੁਸੀਂ ਗੱਲ ਡਿਸਕਲੋਜ਼ ਤਾਂ ਨਹੀਂ ਕੀਤੀ ਕਦੇ? ਕਦੇ ਨਹੀਂ। ਐਕਸ਼ਨ ਸੀਕੁਐਂਸ ਤਾਂ ਸਾਰਾ, ਐਕਸ਼ਨ ਸੀਕੁਐਂਸ ਸਾਰਾ ਉਹ ਹੁਣ ਵੀ ਸਾਡੇ ਫੋਨਾਂ 'ਚ ਪਿਆ ਹੋਣਾ, ਸ਼ਾਇਦ ਬਲਜੀਤ ਭਾਈ ਦੇ ਫੋਨ 'ਚ ਹੋਊ ਜਾਂ ਅਮਰ ਦੇ ਫੋਨ 'ਚ ਹੋਊਗਾ, ਮੇਰੇ ਫੋਨ 'ਚ ਵੀ ਹੋ ਸਕਦਾ। ਉਹ ਪੂਰੇ ਦੇ ਪੂਰੇ ਸੀਕੁਐਂਸ ਔਰ ਪ੍ਰੋਪਰ ਜਿਹੜੇ ਸੈਟੇਲਾਈਟ ਸੀ, ਜਿਵੇਂ ਕੰਧ ਟੁੱਟਣੀਆਂ ਤਾਂ ਪ੍ਰੋਪਰ ਕੰਧਾਂ ਤੋੜੀਆਂ ਸੀ ਪਹਿਲਾਂ, ਕਿਉਂਕਿ ਰੀਜ਼ਨ ਕੀ ਸੀ, ਅਸੀਂ ਕਿਹਾ ਫੋਨਾਂ ਦੇ ਉੱਤੇ ਉਹ ਸਾਰੀ ਟੀਮ ਸਾਡੀ ਸੀਗੀ, ਉਹਨਾਂ ਨੇ ਸਾਰਾ ਕੁਝ ਐਗਜ਼ੀਕਿਊਟ ਕੀਤਾ, ਸਾਰਾ ਅਸੀਂ ਦੇਖਦੇ ਸੀ। ਉਹਦੇ ਨਾਲ ਇੰਨੀ ਤਿਆਰੀ ਹੋ ਜਾਂਦੀ, ਸਾਨੂੰ